ਜਿਹੜਾ ਵਾਕਿਆ ਉਹਨੇ ਪਹਿਲਾਂ ਬੱਚੀ ਨਾਲ ਕੀਤਾ ਉਹ ਵੀ ਜਦੋਂ ਮੁੰਡਾ ਬੱਚੀ ਫੋਤ ਹੋਈ ਹੈ ਤਾਂ ਉਧਰੋਂ ਜੀ ਆਏ ਨੇ ਉਸ ਲਾਣ ਹੋਇਆ ਉਸ ਮਹੱਲੇ 'ਚੋਂ ਤਾਂ ਉਹਨਾਂ ਆ ਕੇ ਸਾਨੂੰ ਦੱਸਿਆ ਅਤੇ ਇਹਨੇ ਇੱਕ ਵਾਕਿਆ ਸਾਡੇ ਮਹੱਲੇ ਵੀ ਕੀਤਾ ਸੀ। ਉਹ ਕੀ ਵਾਕਿਆ? ਮਸਲ ਬੱਚੀ ਨੂੰ ਆਪਣੀ ਬੇਟੀ ਮੰਜੇ ਉੱਤੇ ਨਾ ਇੰਜ ਮਾਰਿਆ ਉਹ, ਲੇਕਿਨ ਚਲੋ ਅੱਲਾ ਨੇ ਰੱਖ ਲਈ ਉਸ ਟਾਈਮ ਬਚ ਗਈ। ਸਹੀ। ਇਹ ਫਿਰ ਸਰ ਜੀ ਇਹਨਾਂ ਨੂੰ ਕਿਹਾ ਤੁਸੀਂ, ਇਹਨਾਂ ਕਿਹਾ ਜੀ ਅਸੀਂ ਪਿੰਡ ਜਾਣਾ, ਆਹ ਕਿਹਾ ਚਲੇ ਜਾਓ, ਇਹ ਪਿੰਡ ਤੁਰ ਗਿਆ ਨੇ। ਛੋਟੀ, ਹਾਂਜੀ ਛੋਟੀ ਬੱਚੀ ਇਹਦੀ ਪੈਦਾ ਹੋਈ ਹੈ ਡੇਢ ਮਹੀਨੇ ਦੀ ਹੈ, ਉੱਥੇ ਪੈਦਾ ਹੋਈ ਹੈ, ਦੋ ਬੇਟੀਆਂ। ਇਹ ਹੁਣ ਡੇਢ ਮਹੀਨਾ ਪਹਿਲੇ? ਡੇਢ ਮਹੀਨੇ ਦੀ ਹੈ। ਅੱਛਾ। ਸਿਰਫ ਡੇਢ ਮਹੀਨੇ ਦੀ ਹੈ। ਇਹਨਾਂ ਮੈਨੂੰ ਫੋਨ ਕੀਤਾ, ਉਹਨਾਂ ਕਿਹਾ ਅਬੂ ਜੀ ਇਹ ਗੱਲ ਓਪਰੇਸ਼ਨ ਹੋਣਾ, 20,000 ਰੁਪਈਆ ਚਾਹੀਦਾ। ਮੈਂ ਦੇ ਦਿੱਤਾ ਇਹਨਾਂ 20,000 ਰੁਪਈਆ, ਦਿੱਤਾ ਚਹਿਲ ਦਾ ਹੋਸਪਿਟਲ ਜਿੱਥੇ ਓਪਰੇਸ਼ਨ ਹੋਇਆ, ਬੱਚੀ ਪੈਦਾ ਹੋਈ ਹੈ। ਬੱਚੀ ਪੈਦਾ ਹੋਈ ਹੈ ਉਦੋਂ ਹੀ ਇਹਦੇ ਨਾਲ ਜ਼ਿਆਦਾ ਨਫ਼ਰਤ ਜਿਹੜੀ ਹੈ ਨਾ ਇੰਜ ਬੱਚੀਆਂ ਵਾਸਤੇ ਹੋ ਗਈ ਹੈ। ਠੀਕ ਹੈ। ਮੈਂ ਤਾਂ ਉੱਤੋਂ ਤੱਕ ਕਿਹਾ ਸੀ, ਮੈਂ ਛੋਟੀ ਬੱਚੀ ਸਾਨੂੰ ਦੇ ਦਿਓ, ਅਸੀਂ ਪਾ ਲੈਂਦੇ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ। ਇਹ ਫਿਰ ਸਰ ਜੀ ਜਿਸ ਦਿਨ ਇਹ ਵਾਕਿਆ ਹੋਇਆ ਨਾ, ਉਸ ਤੋਂ 6 ਕੁ ਦਿਨ ਪਹਿਲਾਂ ਇਹ ਵਾਪਸ ਚਲੇ ਗਏ ਨੇ ਸ਼ਕਰਗੜ੍ਹ। ਅੱਛਾ। ਉੱਥੇ ਚਲੇ ਗਏ ਨੇ, ਮੈਨੂੰ ਬੇਟੀ ਮੈਨੇ ਫੋਨ ਕੀਤਾ, ਉਹਨੇ ਕਿਹਾ ਅੱਬੂ ਜੀ ਮੇਰੀ ਬੱਚੀ ਨਹੀਂ ਠੀਕ ਹੈ, ਮੈਨੂੰ ਨਾ 2,000 ਰੁਪਈਆ ਕੱਲੋ। ਮੈਂ ਇਹਦੀ ਅੰਮੀ ਨੂੰ ਦਿੱਤਾ, ਅੱਡੇ 'ਤੇ ਗਈ, ਇਹਨੇ 2,000 ਰੁਪਈਆ ਲੋਡ ਕਰਾ ਦਿੱਤਾ। ਸੁਬਹਾ ਇਸ ਬੱਚੀ ਫਿਰ ਫੋਨ ਕੀਤਾ, ਉਹਨੇ ਕਿਹਾ ਅੱਬੂ ਜੀ ਮੈਂ ਬੱਚੀ ਲੈ ਕੇ ਸਿਵਲ 'ਚ ਆਉਣਾ। ਠੀਕ ਹੈ। ਸਿਵਲ? ਸਿਵਲ ਹੋਸਪਿਟਲ ਆਉਣਾ, ਉੱਥੋਂ ਸ਼ਕਰ ਕੱਢੋ। ਠੀਕ ਹੈ ਭਾਈ, ਇੱਥੇ ਡਾਕਟਰ ਅੱਛਾ ਨਹੀਂ ਹੈ। ਸਹੀ ਹੈ। ਇਹਨੇ ਮੇਰੇ ਕੋਲ ਤਾਂ ਪੈਸੇ ਨਹੀਂ ਮੰਗੇ, ਫਿਰ ਮੇਰੀ ਮਸ਼ੀਰਾ ਕੋਲ ਮੰਗੇ ਨੇ, ਯਾਨੀ ਕਿ ਆਪਣੀ ਪੁੱਫੀ ਕੋਲ। ਸਹੀ ਹੈ। ਇਹਦੀ ਪੁੱਫੀ ਨੇ ਮੇਰੇ ਤੋਂ ਚੋਰੀ ਕਿਹਾ ਤੂੰ ਬੱਚੀ ਲੈ ਕੇ ਆਇਆ ਹਸਪਤਾਲ, ਤਾਂ ਅੱਗੇ ਮੈਂ ਤੇਰੇ ਫੁੱਫੜ ਨੂੰ ਘੱਲ ਦਿੰਦੀ ਹਾਂ, ਪੈਸੇ ਵੀ ਘੱਲ ਦਿੰਦੀ ਹਾਂ, ਤੁਸੀਂ ਨਾ ਉੱਥੋਂ ਦਵਾਈ ਲਵੋ। ਇਹਨਾਂ ਕਿਹਾ ਠੀਕ ਹੈ, ਆ ਗਈ ਹੈ, ਇਹਨਾਂ ਦਵਾਈ ਦੁਈ ਲਈ ਹੈ, ਉਹ ਵੀ ਨਾਲ ਹੀ ਆਇਆ, ਦਵਾਈ ਸ਼ਵਾਈ ਲਈ, ਬੱਚੀ ਅੱਲਾ ਕਿਤੇ ਠੀਕ ਹੋ ਗਈ। ਵੱਡੀ ਬੇਟੀ? ਵੱਡੀ ਜਿਹੜੀ ਫੋਤ ਹੋਈ ਹੈ। ਅੱਛਾ। ਉਹ ਬਿਮਾਰ ਸੀ? ਹਾਂਜੀ ਬਿਮਾਰ ਸੀ, ਉਹ ਠੀਕ ਹੋ ਗਈ ਹੈ। ਠੀਕ ਹੋ ਗਈ ਹੈ ਜਿਸ ਵੇਲੇ, ਤਾਂ ਇਹਨਾਂ ਨੇ ਆਖਿਆ ਅਤੇ ਅੱਬੂ ਜੀ ਸਾਨੂੰ ਨਾ 15 ਦਿਨ ਇੱਥੇ ਰਹਿਣ ਦਿਓ, ਤੁਹਾਡੇ ਘਰ ਹੀ ਹਾਂ ਰਹਿਣਾ, ਇਹ 2 ਹਫ਼ਤੇ ਕੰਮ 'ਤੇ ਲਾ ਲੈਂਦਾ, ਉਸ ਤੋਂ ਬਾਅਦ ਇਹ 'ਚ ਨਾ ਅਸੀਂ ਸ਼ਹਿਰ ਗੁਜਰਾਂ ਵਾਲੇ ਕਿਲੇ ਮਕਾਨ ਆਪਣਾ ਲੈ ਲਾਂਗੇ, ਅਤੇ ਇਹਨੇ ਕੰਮ ਕਰਨਾ। ਸਹੀ। ਮੈਂ ਪੁੱਤਰ ਕੋਈ ਗੱਲ ਨਹੀਂ ਰਵੋ। ਇਹਨੇ ਕਿਹਾ ਠੀਕ ਹੈ। ਅਸੀਂ ਸਾਡੇ ਕੋਲ ਇੱਥੇ ਵੀ ਨਸ਼ਹਿਰਾ ਵਿਰਕਾਂ ਦਾ, ਉੱਥੇ ਇੱਕ ਬੰਦਾ ਸੀ, ਉਹ ਬਿਮਾਰ ਸੀ ਬੜਾ ਸਖਤ, ਸ਼ਾਮ ਦਾ ਹੀ ਟਾਈਮ ਸੀ ਲੋਡਲੇ ਦਾ, ਮੈਂ ਇਹਨੂੰ ਕਿਹਾ ਚਲੋ ਟੁਰੋ ਪਤਾ ਲੈ ਆਈਏ ਬੰਦੇ ਦਾ ਕੀ ਹੁੰਦਾ। ਅਸੀਂ ਉੱਥੇ ਪਤਾ ਲੈਣ ਤੁਰ ਗਏ ਅਤੇ ਪਤਾ ਇਹ ਪਹੁੰਚਈਆਂ ਅਤੇ ਬੱਚੀ ਦਾ ਫੋਨ ਆ ਗਿਆ। ਇਹਨੇ ਕਿਹਾ ਅਤੇ ਅੰਮੀ ਜੀ ਉਹ ਮੇਰੀਆਂ ਨਾ ਬੱਚੀਆਂ ਖੋ ਕੇ ਦੋਵੇਂ ਲੈ ਗਿਆ। ਅੱਛਾ। ਇਹਨੇ ਮੈਨੂੰ ਦੱਸਿਆ, ਮੈਂ ਕਿੱਥੇ ਖੜਨੀਆਂ ਸੂ, ਇੰਨੀਆਂ ਇੰਨੀਆਂ ਬੱਚੀਆਂ ਨੇ ਕਿੱਥੇ ਖੜਨੀਆਂ, ਕੌਣ ਸਾਂਭ? ਅਬਕੂਵੇ ਵਾਲੇ ਦਿਨ। ਅੱਛਾ। ਮੈਂ ਹਾਂ ਚਲੋ ਜਾਂਦੇ ਹਾਂ, ਤੁਹਾਨੂੰ ਫੋਨ ਕਰਨੇ ਆ, ਘਰ ਆ ਕਿਉਂ ਬੱਚੀਆਂ ਲੈ ਗਿਆ। ਇਹਨੇ ਆਖਿਆ ਠੀਕ ਹੈ। ਅਸੀਂ ਨਾ ਉੱਥੇ 5 ਕੁ ਮਿੰਟ ਹੀ ਬੈਠਿਆਂ ਵਾਪਸ ਨਿਕਲ ਆਏ ਹਾਂ, ਮੋਟਰਸਾਈਕਲ 'ਤੇ ਆਉਂਦਿਆਂ ਤਕਰੀਬਨ ਘੰਟਾ ਲੱਗ ਜਾਂਦਾ। ਘਰ ਆਏ ਹਾਂ, ਆ ਕੇ ਬੱਚੀ ਨੂੰ ਫੋਨ ਦਿੱਤਾ, ਉਹਨੂੰ ਕਿਹਾ ਉਹਨੂੰ ਫੋਨ ਕਰ ਬੱਚੀਆਂ ਲੈ ਕੇ ਘਰ ਆਏ, ਛੋਟੀਆਂ ਛੋਟੀਆਂ ਬੱਚੀਆਂ ਨੇ ਕਿੱਥੇ ਲੈ ਗਏ। ਇਹਨੇ ਫੋਨ ਕੀਤਾ ਬੱਚੀਆਂ ਨੂੰ ਲੈ ਗਿਆ, ਉਹਨਾਂ ਦੋਵਾਂ ਨੂੰ। ਅੱਛਾ। ਛੋਟੀ ਦੀ ਉਮਰ ਕੀ ਹੈ? ਇਹ 1.5 ਮਾਹ। 1.5 ਮਹੀਨੇ ਦੀ? ਹਾਂਜੀ। ਇਹ ਬੱਚੀ ਨੇ ਫੋਨ ਕੀਤਾ, ਲੈ ਕੇ ਆ ਗਿਆ, ਲੈ ਕੇ ਬੱਚੀਆਂ ਦੇ ਮੇਰੇ ਸਾਹਮਣੇ ਤਕਰੀਬਨ ਉਹ ਜਿਹੜਾ ਦਰਵਾਜ਼ਾ ਉੱਥੇ ਕਮਰਾ ਹੈ, ਇਹ ਨਾਲ ਤੋੜ ਬਰਾਂਡਾ ਜਾਂਦਾ ਪਿਆ ਲੰਬਾ, ਬਰਾਂਡੇ ਦੇ ਅੱਗੇ ਕੂਲਰ ਲੱਗਾ, ਮੈਂ ਉੱਥੇ ਲੰਮਾ ਪੈ ਗਿਆ ਵਾਂ, ਕਿਉਂਕਿ ਸਾਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਸੀ ਨੌਬਤ ਇੱਥੋਂ ਤੱਕ ਆ ਜਾਣੀ ਹੈ। ਉਹ ਆਪਣੀ ਬੀਵੀ ਨਾਲ ਲੱਗ ਪਿਆ ਗੱਲਾਂ ਕਰਨ ਅਤੇ ਚੱਲ ਉੱਠ ਚਲੀਏ, ਆਹ ਇੱਥੇ ਰਹਿਣਾ ਨਹੀਂ ਹੈ, ਆਹ ਹੁਣੇ ਹੀ ਜਾਣਾ। ਇਹ ਨੇ ਕਿ ਲੱਗਿਆ ਤਾਂ ਸੁਬਹਾ ਲਗੇ ਜਾਵਾਂਗੇ, ਹੁਣ ਇਸ ਟਾਈਮ ਕਿੱਥੇ ਜਾਈਏ, ਰਾਤੀ ਕੋਈ 9:30 ਦਾ ਟਾਈਮ ਸੀ ਅਤੇ ਸ਼ੱਕਰਗੜ੍ਹ 'ਤੇ ਉਸ ਟਾਈਮ ਨਹੀਂ ਜਾਇਆ ਜਾਂਦਾ। ਇਹ ਬੀਵੀ ਮੇਰੀ, ਇਹਨੇ ਵੀ ਕੋਈ ਹੱਥ ਹੁੱਥ ਬਥੇਰੇ ਉਹਦੇ ਅੱਗੇ ਜੋੜੇ ਨੇ, ਅਤੇ ਚਲੋ ਕੋਈ ਗੱਲ ਨਹੀਂ, ਤੁਸੀਂ ਤੁਰ ਜਾ ਜਾ, ਹਾਂ ਤੁਹਾਨੂੰ ਰੱਖ ਕੇ ਕੀ ਕਰਨਾ, ਲੇਕਿਨ ਇਸ ਟਾਈਮ ਕਿੱਥੇ ਜਾਓਗੇ? ਉਹਨੇ ਬੱਚੀਆਂ ਖੋ ਲਈਆਂ ਨੇ ਇਹਨਾਂ ਕੋਲ ਦੋਵੇਂ, ਪਰਲੇ ਦਰਵਾਜ਼ੇ 'ਚ ਖਲਾ ਹੈ। ਜਦੋਂ ਬੱਚੀਆਂ ਉਹਨੇ ਖੋ ਲਈਆਂ ਨੇ, ਇੱਕ ਮੇਰੀ ਬੱਚੀ ਇਸ ਤੋਂ ਛੋਟੀ ਐਡੀ ਕੋ ਨਸੀ ਆਈ ਹੈ ਮੇਰੇ ਕੋਲ ਕੂਲਰ ਕੋਲ, ਉਹਨੇ ਮਾੜਾ ਜਿਹਾ ਮੁੰਨਾ ਮਾੜਾ ਜਿਹਾ ਨੀਂਦਰ ਦਾ ਝਟਕਾ ਹੀ ਆਇਆ, ਉਹਨੂੰ ਉਠਾਇਆ, ਉਹਨੇ ਕਿਹਾ ਅੱਬੂ ਜੀ ਬਸ ਬੱਚੀਆਂ ਖੋ ਕੇ ਲੈ ਚੱਲਾ ਜੇ। ਮੈਂ ਜਿਸ ਵੇਲੇ ਸਰ ਜੀ ਅੰਦਰ ਗਿਆ ਅਤੇ ਜੇ ਮੇਰਾ ਦਰਵਾਜ਼ੇ ਅੱਗੇ ਪੈਰ ਹੈ ਧਿਆਨ ਕਰਕੇ ਬੱਚੀ ਮੇਰੇ ਅੱਗੋਂ ਦੀ ਲੰਘ ਕੇ ਗਈ ਹੈ ਜਿਹੜੀ ਇਹਨੇ ਸੱਟੀ ਹੈ। ਅੱਛਾ। ਡਿੱਗ ਮਤਲਬ? ਹਾਂਜੀ। ਮੈਂ ਸਿਰਫ ਇੰਨਾ ਕੁ ਵੇਖਿਆ, ਉਸ ਤੋਂ ਅੱਗੇ ਨਹੀਂ ਮੈਂ ਵੇਖਿਆ। ਦੂਜੀ ਨਿੱਕੀ ਬੱਚੀ ਜਿਹੜੀ ਹੈ ਨਾ,
ਉਹਦੇ ਹੱਥ 'ਚ ਜਿਸ ਵੇਲੇ ਉਹਨੇ ਮੈਨੂੰ ਵੇਖਿਆ ਨਾ ਤਾਂ ਉਹਨੇ ਬੱਚੀ ਨੂੰ ਮਰੋੜਾ ਦਿੱਤਾ, ਉਹਦੀ ਸਲਵਾਰ ਵੀ ਪਾਟ ਗਈ, ਉਹਨੇ ਨਾ ਚੀਰ ਦੇਣ ਲੱਗਾ ਸੀ। ਮੇਰਾ ਸਰ ਜੀ ਇੱਥੇ ਹੱਥ ਪਿਆ ਏ ਉਹਨੂੰ, ਮੈਂ ਉਹਨੂੰ ਨਾ ਥੱਲੇ ਉਹਦਾ ਸੋਫਾ ਆਈ ਅਤੇ ਸੋਫੇ ਦੇ ਵਿੱਚ ਉਹਦਾ ਸਿਰ ਧੁੰਨ ਦਿੱਤਾ। ਇਹਨਾਂ ਨੂੰ ਮੈਂ ਕਿਹਾ ਮੈਂ ਇਹਦੇ ਕੋਲੋਂ ਬੱਚੀ ਫੜ ਲਓ, ਕਿਉਂਕਿ ਉਹ ਤਾਂ ਬਿਲਕੁਲ ਹੀ ਤੁਸੀਂ ਸਮਝਦੇ ਹੋ ਡੇਢ ਮਹੀਨੇ ਦੀ ਬੱਚੀ ਕੀ ਹੈ, ਅਤੇ ਉਹ ਤਾਂ ਐਵੇਂ ਉਹਨੇ ਝਟਕਾ ਲੈਣਾ। ਇਹਨੇ ਨਾ ਆਹ ਨਹੁੰ ਵਹਿੰਦੇ ਨਿਸ਼ਾਨ ਲੱਗਾ, ਨਹੁੰ ਮੈਨੂੰ ਖੋਭਿਆ ਬੜੇ ਜ਼ੋਰ ਨਾਲ, ਅਤੇ ਕਿਸੇ ਤਰੀਕੇ ਨਾਲ ਨਾ ਮੇਰਾ ਹੱਥ ਛੁੱਟ ਗਿਆ। ਸਹੀ ਬਹਰਾਂ ਮੈਂ ਨਾ ਹੱਥ ਨਹੀਂ ਛੱਡਿਆ, ਇਹਨਾਂ ਨੇ ਬੱਚੀ ਉਹ ਖੋ ਲਈ। ਉਹ ਬੱਚੀ ਦੀ ਲੱਤ ਟੁੱਟੀ ਹੈ, ਐਕਸਰਾ ਕਰਾਇਆ ਹੈ, ਹਸਪਤਾਲ ਰੋਜ਼ ਲੈ ਕੇ ਜਾਈਦਾ। ਡੇਢ ਮਾਂ ਦੀ ਨਾਮ ਅਤੇ ਉਹਦਾ ਨਾਂ ਕੀ ਰੱਖਿਆ? ਨਾਇਆ ਫਾਤਮਾ ਰੱਖਿਆ। ਅਤੇ ਵੱਡੀ ਬੱਚੀ? ਉਹਦਾ ਨਾਂ ਸੀ ਨੂਰ ਫਾਤਮਾ। ਅੱਛਾ, ਉਹ ਉਸ ਟਾਈਮ ਡਿੱਗ ਚੁੱਕੀ? ਜਦੋਂ ਡਿੱਗ ਪਈ ਇਹ ਲੈ ਕੇ ਨੱਸ ਗਈ ਉਹਨੂੰ, ਮੈਂ ਨਹੀਂ ਬੱਚੀ ਵੇਖੀ, ਮੈਂ ਤਾਂ ਉਹਨੂੰ ਦੱਬ ਲਿਆਣਾ, ਇਹ ਮੇਰੇ ਪਿੱਛੇ ਡਿੱਗੀ, ਇਹ ਚੁੱਕ ਕੇ ਨੱਸ ਗਈ ਹੈ। ਉਹਦੇ ਆਹ ਸੱਟ ਲੱਗੀ। ਹਾਂਜੀ, ਇਹ ਗਈ ਹੈ ਸਿੱਧੇ ਹਵੇਲੀ 'ਚ, ਹਵੇਲੀ 'ਚ ਅੱਗੇ ਇੱਕ ਘਰ ਹੈ, ਕਿਉਂਕਿ ਸਾਡੇ ਲਾਗੇ ਘਰ ਕੋਨੀ ਹੈ, ਇੱਕੋ ਹੀ ਘਰ ਹੈ, ਉਹ ਟਾਵਰ 'ਚ ਰਹਿੰਦੇ ਨੇ। ਉਹਨਾਂ ਦਾ ਬੱਚਾ ਵੀ ਮੋਟਰਸਾਈਕਲ ਨੂੰ ਪਲੈ ਕੇ ਭੱਜ ਗਿਆ ਨੇ, ਵਾਧੂ ਫਿਰ ਜੀ ਆਏ ਨੂੰ ਵੀ ਇਹਨਾਂ ਦੇ ਮਗਰ ਹੀ ਤੁਰ ਗਏ ਨੇ ਲੱਦੇ ਵਾਲਿਓ। ਇਹ ਲਾਹੌਰ ਗਏ, ਉੱਥੇ ਸਿਵਲ 'ਚ ਕਿਹਾ ਨੇ, ਸਿਵਲ ਵਾਲਿਆਂ ਜਵਾਬ ਭੇਜ ਦਿੱਤਾ, ਇਹਨਾਂ ਲਾਹੌਰ ਲੈ ਗਏ ਨੇ, ਲਾਹੌਰ ਲੈ ਗਏ ਨੇ, ਰਸਤੇ ਜਾਂਦਿਆਂ ਬੱਚੀ ਖਤਮ ਹੋ ਗਈ। ਬੜਾ ਅਫਸੋਸਨਾਕ ਵਾਕਿਆ। ਕਿਆ ਕਹਿਤਾ ਥਾ ਆਪਕੋ, ਕਿਆ ਵਜ੍ਹਾ ਥੀ, ਕਿਉਂ ਮਾਰ ਦੀ ਉਸਨੇ ਬੱਚੀ, ਆਪਣੀ ਬੇਟੀ ਕੋ ਕਿਉਂ ਮਾਰ ਦੀ? ਅਸ ਨਹੀਂ ਸਰ, ਕੋਈ ਸਮਝ ਨਹੀਂ ਚੱਲੀ। ਪਹਿਲੇ ਲੜਾਈ ਝਗੜਾ ਹੁੰਦਾ ਥਾ? ਹਾਂਜੀ। ਅੱਛਾ, ਕਿਆ ਵਜ੍ਹਾ, ਕਿਆ ਬਾਤ, ਕਿਸ ਪੇ ਝਗੜਾ? ਬਸ ਅੱਜ ਜਦੋਂ ਦੂਸਰੀ ਬੇਟੀ ਹੋਈ ਹੈ ਨਾ, ਉਹਦੀ ਵਜ੍ਹਾ ਤੋਂ ਥਰਾ ਕਰਨ ਲੱਗ ਪਏ ਸਾਂ। ਪਹਿਲੇ ਵੀ ਲੜਤਾ ਥਾ ਬੇਟੀ ਕੀ ਵਜ੍ਹਾ ਸੇ? ਨਹੀਂ, ਪਹਿਲੇ ਜਦੋਂ ਬੇਟੀ ਸੀ ਉਦੋਂ ਠੀਕ ਸਾਂ। ਅੱਛਾ, ਜਦੋਂ ਦੂਸਰੀ ਬੇਟੀ ਹੋਈ ਹੈ ਨਾ, ਉਹਦੀ ਵਜ੍ਹਾ ਤੋਂ ਘਰ 'ਚ ਸਾਰਾ ਝਗੜਾ ਕਰਨ ਲੱਗ। ਝਗੜਾ ਪਹਿਲੇ ਵੀ ਕਰਦੇ ਸਨ। ਅੱਛਾ, ਲੇਕਿਨ ਦੂਸਰੀ ਬੇਟੀ ਹੋਣ ਨਾਲ ਬੇਟੀਆਂ ਨੂੰ ਨਹੀਂ ਸਹੀ ਸਮਝਦੇ। ਔਰ ਬਿਲਕੁਲ ਠੀਕ ਥਾ ਆਪਕੇ ਸਾਥ ਜ਼ਿੰਦਗੀ ਠੀਕ ਚੱਲ ਰਹੀ ਥੀ? ਬਸ ਇਸੇ ਤਰ੍ਹਾਂ ਹੀ, ਕਦੀ ਲੜਾਈ ਕਰ ਲੈਂਦਾ ਸੀ, ਕਦੀ ਸਹੀ ਹੋ ਜਾਂਦਾ ਸੀ। ਤੇ ਆਪਕਾ ਕਸੂਰ ਸਮਝਦੀ ਹੈ ਆਪ ਬੇਟੀ ਕੋ ਕਤਲ ਕਰਦੀ ਹੈ? ਹਾਂਜੀ। ਕਿ ਠੀਕ ਹੈ, ਕਿ ਨਾਰਮਲ ਬਾਤ ਹੈ? ਨਹੀਂ ਨਹੀਂ, ਨਾਰਮਲ ਬਾਤ ਨਹੀਂ ਹੈ। ਛੋਟੀ ਜਿਹੀ ਬੱਚੀ ਸੀ, ਮਾਸੂਮ, ਉਹਨੇ ਕਿਸੇ ਦਾ ਕੀ ਵਿਗਾੜਿਆ? ਵਜ੍ਹਾ ਯਹੀ ਬਣੀ ਹੈ ਕਿ ਬੇਟਾ ਨਹੀਂ ਹੈ, ਇਸੀ ਵਜ੍ਹਾ ਸੇ ਮਾਰਾ? ਹਾਂਜੀ। ਔਰ ਕੋਈ ਬਾਤ ਆਪਕੇ ਸਾਥ, ਕੋਈ ਟੋਰਚਰ? ਆਪਕੇ ਵਾਲਿਦ ਕਹਿ ਰਹੇ ਥੇ ਤਸ਼ੱਦਦ ਵੀ ਕਰਤਾ ਥਾ। ਸ਼ਾਦੀ ਕੈਸੇ ਹੋਗੀ, ਕੈਸੇ ਆਪਕੇ ਸਾਥ ਉਸਕਾ? ਬਸ ਉਹਨਾਂ ਦਾ ਛੋਟਾ ਭਾਈ ਜਿਹੜਾ ਸਾਡੇ ਡੇਰੇ ਦਾ ਕੰਮ ਕਰਦਾ ਸੀ, ਅਤੇ ਇਹਨਾਂ ਦਾ ਆਣ ਜਾਣ ਸੀ। ਇਹਨਾਂ ਦੀ ਜਿਹੜੀ ਭਾਬੀ ਹੈ ਨਾ, ਉਹਨੇ ਮੈਨੂੰ ਗੱਲਾਂ 'ਚ ਲਾ ਲਿਆ ਸੀ, ਅਤੇ ਬਸ ਮੈਂ ਇਹਨਾਂ ਦੀਆਂ ਗੱਲਾਂ 'ਚ ਆ ਕੇ ਅਤੇ ਜਜ਼ਬਾਤੀ ਹੋ ਕੇ ਸ਼ਾਦੀ ਕਰ ਲਈ। ਕਿਸਨੇ ਨਾਮ ਰੱਖਾ ਥਾ ਬੱਚੀ ਦਾ? ਉਹਦੇ ਪਾਪਾ ਨੇ ਰੱਖਿਆ ਸੀ। ਅੱਛਾ, ਖੁਦ ਹੀ ਰੱਖਾ? ਹਾਂਜੀ। ਸਹੀ, ਤਾਂ ਕਿਆ ਸੋਚਦੇ ਥੇ ਉਸ ਬੱਚੀ ਕੇ ਬਾਰੇ ਮੈਂ, ਕਿਆ ਬਣਾਉਣਾ ਹੈ ਉਸੇ? ਬਸ ਪਹਿਲਾਂ ਠੀਕ ਰਹਿੰਦੇ ਸਨ, ਬੱਚੀ ਨਾਲ ਬੜਾ ਪਿਆਰ ਕਰਦੇ ਸਨ, ਕਦੀ ਵਿੱਚ ਗੁੱਸਾ ਚੜ ਜਾਂਦਾ ਸਨ, ਕੁਝ ਸਮਝ ਨਹੀਂ ਸੀ ਲੱਗਦੀ ਉਹਨਾਂ ਨੂੰ, ਅਤੇ ਪਿਆਰ ਵੀ ਬੜਾ ਕਰਦੇ ਸਨ ਬੱਚੀ ਨੂੰ। ਇੱਕ ਮਿੰਟ ਸੀ ਨਹੀਂ ਸਨ ਥੱਲੇ ਰੱਖਦੇ, ਕਦੀ ਉਹਨਾਂ ਨੇ ਬਾਰਿਸ਼ ਨਹੀਂ ਸੀ ਵੇਖੀ, ਵੇਖੀ ਲੈ ਕੇ ਫਿਰਦੇ ਰਹਿੰਦੇ ਸਨ। ਅਤੇ ਦੂਸਰੀ ਬੱਚੀ ਹੋਣ ਨਾਲ ਨਾ ਪਤਾ ਨਹੀਂ ਉਹਨਾਂ ਨੂੰ ਕੀ ਬਣਿਆ, ਉਹਦੀ ਵਜ੍ਹਾ ਤੋਂ ਉਹਨਾਂ ਨੇ। ਆਪਕੀ ਕਿਆ ਅਟੈਚਮੈਂਟ ਸੀ, ਯਾਦ ਆਤੀ ਬੱਚੀ, ਕਿਸ ਤਰ੍ਹਾਂ ਆਪਨੇ ਕਿਆ ਸੋਚਿਆ ਥਾ ਕਿ ਮੈਂ ਆਪਣੀ ਬੇਟੀ ਕੋ ਕਿਆ ਬਣਾਉਂਗੀ, ਕਿਆ ਕਰੂੰਗੀ? ਸੋਚਿਆ ਤਾਂ ਬੜਾ ਕੁਛ ਸੀ, ਲੇਕਿਨ ਖੁਆਇਸ਼ਾਂ ਅੱਜ ਹੀ ਰਹਿ ਗਈਆਂ। ਸਰ ਜੀ, ਇਹਨੂੰ ਨਹੀਂ ਮਸਲੇ ਨੂੰ ਨਹੀਂ ਹੋਸ਼ ਨਹੀਂ ਆਇਆ ਤੋਂ ਤੱਕ, ਅਤੇ ਹਕੀਕਤ ਗੱਲ ਹੈ ਅਤੇ ਆਪਣੀ ਬੱਚੀ ਜਿਹੜੀ ਛੋਟੀ ਹੈ ਨਾ, ਉਹਨੂੰ ਹਸਪਤਾਲ ਵਗੈਰਾ ਵੀ ਅਸੀਂ ਲੈ ਕੇ ਜਾਂਦੇ ਹਾਂ, ਇਸੇ ਤਰ੍ਹਾਂ ਹੀ ਗੁੰਮ ਸੁੰਮ ਸਾਰਾ ਦਿਨ, ਕਦੀ ਅੰਦਰ ਲੰਮਿਆਂ ਪੈਰਾਂ ਦੀ, ਕਦੀ ਬਾਹਰ ਪੈਰਾਂ ਦੀ। ਮੈਂ ਆਉਣਾ, ਮੈਂ ਹੀ ਆ ਕੇ ਇਹਨੂੰ ਥੋੜ੍ਹੀ ਬਹੁਤ ਰੋਟੀ ਆਪਣੇ ਹੱਥ ਨਾਲ ਹੀ ਖਵਾਉਣਾ ਵਾ, ਨਹੀਂ ਖਾਂਦੀ ਹੈ, ਅਤੇ ਅਸੀਂ ਇਸ ਤੋਂ ਵੱਧ ਅਸੀਂ ਕੁਝ ਕਰ ਵੀ ਨਹੀਂ ਸਕਦੇ, ਜੋ ਕੁਝ ਹੈ ਉਹ ਕੁਝ ਹੀ ਹੈ। ਮਾਂ ਜੀ, ਬੜਾ ਅਫਸੋਸਨਾਕ ਵਾਕਿਆ, ਕੀ ਕਹੋਗੇ ਸਾਡੇ 'ਤੇ? ਬਸ ਬੇਟਾ, ਅਸੀਂ ਕੀ ਕਹਿਣਾ, ਅਸੀਂ ਤਾਂ ਅੱਲਾਹ 'ਤੇ ਸੁੱਟੀ ਹੈ, ਇਸ ਤੋਂ ਵੱਧ ਅਸੀਂ ਕੀ ਕਹਿ ਸਕਦੇ। ਛੋਟੀ ਸਾਰੀ ਬੱਚੀ ਸੀ, ਜ਼ੁਲਮ ਹੋਇਆ, 2 ਸਾਲ ਹੋ ਗਏ ਨੇ ਜ਼ੁਲਮ ਬਰਦਾਸ਼ਤ ਕਰਦੇ, ਐਂਡ 'ਤੇ ਆ ਕੇ ਉਹਨੇ ਦੀ ਬੱਚੀ ਮਾਰ ਦੀ।